ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਸਾਥ ਦੇਣਗੇ ਜੋਤਿਕਾ ਜਸੂਜਾ, ਜਿਹੜੇ ਕਿ ਇੱਕ ਪ੍ਰੋਗਰਾਮ ਦਾ ਆਯੋਜਨ ਕਰਨ ਜਾ ਰਹੇ ਨੇ ਜਿਹੜਾ ਕਿ ਸਮਰਪਿਤ ਹੋਏਗਾ ਫੋਰਟ ਮੈਕਵਰੀ ਵਿੱਚ ਜੋ ਅੱਗਾਂ ਲੱਗੀਆਂ ਨੇ ਉਸ ਨਾਲ ਜੋ ਨੁਕਸਾਨ ਹੋਇਆ ਲੋਕਾਂ ਨੂੰ। ਆਪ ਇੱਕ ਸਿੰਗਰ ਨੇ ਅਤੇ ਇਹ ਇੱਕ ਪੈਸ਼ਨ ਇਹਨਾਂ ਦੇ ਵਿੱਚ ਕਿ ਦੂਸਰਿਆਂ ਦੀ ਮਦਦ ਕੀਤੀ ਜਾਏ, ਇਸ ਨੂੰ ਮੁੱਖ ਰੱਖ ਕੇ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਸ ਸੰਬੰਧ ਜਾਣਕਾਰੀ ਲੈਣੀ ਹੈ ਜੋਤਿਕਾ ਜਸੂਜਾ ਤੋਂ। ਵੈਲਕਮ ਟੂ ਦ ਪ੍ਰੋਗਰਾਮ ਜੀ। ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬੁਲਾਇਆ ਇੱਥੇ। ਸੋ ਜਿਹੜੇ ਸਭ ਤੋਂ ਪਹਿਲਾਂ ਤਾਂ ਤੁਸੀਂ ਹੈਗੇ ਉਹ ਡੈਂਟਿਸਟ, ਪਰ ਤੁਹਾਡਾ ਪੈਸ਼ਨ ਜਿਹੜਾ ਉਹ ਇੱਕ ਸਿੰਗਿੰਗ ਸੀ, ਤੋਂ ਇਸ ਤਰਫ ਨੂੰ ਤੁਸੀਂ ਆਏ, ਤੋ ਸਿੰਗਿੰਗ ਹੁਣ ਤੁਹਾਡਾ ਫੁੱਲ ਟਾਈਮ ਪ੍ਰੋਫੈਸ਼ਨ ਹੈਗਾ? ਹਾਂਜੀ, ਰਾਈਟ ਨਾਓ ਇਟ ਇਜ਼ ਫੁੱਲ ਟਾਈਮ, ਔਰ ਕਾਫੀ ਕੁਝ ਹੋਰ ਵੀ ਮੈਂ ਟਰਾਈ ਕਰਦੀ ਹਾਂ। ਆਈ ਕੋਰੀਓਗ੍ਰਾਫ, ਕਈ ਵਾਰੀ ਇਵਨ ਰਿਲੀਜੀਅਸ ਟੈਂਪਲਸ 'ਚ ਵੀ ਕਰੀਦਾ, ਐਂਡ ਪ੍ਰਾਈਵੇਟ ਇਵੈਂਟਸ ਔਰ ਚੈਰਿਟੀ ਇਵੈਂਟਸ ਆਫ ਕੋਰਸ। ਰਾਈਟ, ਯਾ। ਓਕੇ, ਸੋ ਇਹ ਜਜ਼ਬਾ ਜਿਹੜਾ ਹੈ, ਮਤਲਬ ਗਿਵਿੰਗ ਬੈਕ ਟੂ ਦ ਕਮਿਊਨਿਟੀ, ਸ਼ੁਰੂ ਤੋਂ ਹੈਗਾ। ਸੋ ਆਈ ਨੀਡ ਆਸ, ਕਿਉਂਕਿ ਵੀ ਇਹ ਕਿਉਂ ਤੁਸੀਂ ਔਰਗਨਾਈਜ਼ ਕਰ ਰਹੇ ਹੋ ਫੋਰਟ ਮੈਕਮਰੀ ਦੇ ਜਿਹੜੇ ਵਿਕਟਿਮਸ ਨੇ ਉਹਨਾਂ ਨੂੰ ਮਦਦ ਕਰਨ ਵਾਸਤੇ, ਪਰ ਇਹ ਆਈਡੀਆ ਕਿਵੇਂ ਆਇਆ? Actually, Hamesha to ye, like you said, giving back to the community, that's really important, I think, for each one of us. I believe, like, you know, we have our own families, but ultimately we are part of a big family. ਅਤੇ ਕੁਛ ਆਪਣਾ ਸਾਡਾ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਅਸੀਂ ਯੂ ਨੋ ਜਿਸ ਤਰ੍ਹਾਂ ਵੀ ਕਿਸੇ ਦੀ ਮਦਦ ਕਰ ਸਕੀਏ ਅਸੀਂ ਜ਼ਰੂਰ ਕਰੀਏ। ਐਂਡ ਆਈ ਥਿੰਕ ਮੈਂ ਉਸ ਫੇਸ 'ਚੋਂ ਗੁਜ਼ਰੀ ਵੀ ਹਾਂ ਜਿੱਥੇ ਸ਼ਾਇਦ ਕਈ ਨੋਨ ਪੀਪਲ, ਕਈ ਅਣਜਾਣ ਲੋਕਾਂ ਨੇ ਮੇਰੀ ਵੀ ਮਦਦ ਕੀਤੀ ਹੈ। ਸੋ ਆਈ ਬਿਲੀਵ ਯੂ ਨੋ ਇਟਸ ਮਾਈ ਡਿਊਟੀ, ਮਾਈ ਰਿਸਪੋਂਸੀਬਿਲਿਟੀ। ਮੈਨੂੰ ਹੋਰ ਜ਼ਿਆਦਾ ਫੀਲਿੰਗ ਆਉਂਦੀ ਹੈ ਵੀ ਮੈਂ ਜਿੰਨਾ ਕਰ ਸਕਾਂ, ਯੂ ਨੋ ਆਈ ਸ਼ੁੱਡ ਟ੍ਰਾਈ ਟੂ ਡੂ ਇਟ। ਐਂਡ ਆਈ ਐਮ ਗਲੈਡ ਕਿ ਆਈ ਐਮ ਕਨੈਕਟਿਡ ਦੈਟ ਵੇ ਟੂ ਪੀਪਲ ਹੂ ਸ਼ੇਅਰ ਦ ਸੇਮ ਪੈਸ਼ਨ। ਸੋ ਵੀ ਬਿਲਟ ਅਪ ਅ ਟੀਮ, ਐਂਡ ਯੂ ਨੋ ਵੀ ਆਰ ਅ ਟੀਮ ਆਫ ਫੋਰ ਰਾਈਟ ਨਾਓ, ਜਿਹਦਾ ਅਸੀਂ ਨਾਮ ਹੁਣ ਰੱਖਿਆ ਦ ਹਿਊਮੈਨਿਟੀ ਟੀਮ। ਓਕੇ, ਯਾ। ਸੋ ਇਹ ਹਿਊਮੈਨਿਟੀ ਟੀਮ ਨੇ ਸੋਚਿਆ ਕਿ ਮਦਦ ਕੀਤੀ ਜਾਏ ਫੋਰਟ ਮੈਕਮਰੀ ਦੇ ਲੋਕਾਂ ਦੀ। ਹੁਣ ਹਾਲਾਤ ਅਜੇ ਵੀ ਖਰਾਬ ਹੈਗੇ ਨੇ, ਕਿਉਂਕਿ ਉੱਥੇ ਫਿਰ ਮੁੜ ਤੋਂ ਦੁਬਾਰਾ ਵਾਈਲਡ ਫਾਇਰ ਜਿਹੜੇ ਇਹਨਾਂ ਨੇ ਇੰਗਲਫ ਕਰ ਲਿਆ, ਹੁਣ ਤਾਂ ਆਇਲ ਸੈਂਡਸ ਤੱਕ ਇਹ ਗੱਲ ਪਹੁੰਚ ਚੁੱਕੀ ਹੈ। ਸੋ ਕੀ ਅਕੰਪਲਿਸ਼ ਕਰਨਾ ਚਾਹੁੰਦੇ ਤੁਸੀਂ ਇਹ ਮਨੀ ਰੇਜ਼ ਕਰਕੇ, ਕਿਵੇਂ ਤੁਸੀਂ ਉੱਥੋਂ ਤੱਕ ਪਹੁੰਚਾਓਗੇ? ਸਰ, ਅਸੀਂ ਐਕਚੁਅਲੀ ਥਰੂ ਰੈੱਡ ਕਰਾਸ ਕਰ ਰਹੇ ਹਾਂ। ਮੈਂ ਪਹਿਲੇ ਵੀ ਕੀਤਾ ਸੀ, ਐਕਚੁਅਲੀ ਲਾਸਟ ਈਅਰ ਫੋਰ ਨੇਪਾਲ ਮੈਂ ਕੀਤਾ ਸੀਗਾ। ਸੋ ਆਈ ਹੈਵ ਦੋਜ਼ ਗੁੱਡ ਆਈ ਥਿੰਕ ਰਿਲੇਸ਼ਨਸ ਕਹਿ ਲਓ, ਵੀ ਮੈਨੂੰ ਮਤਲਬ ਵਿਸ਼ਵਾਸ ਹੈ ਕਿ ਯੂ ਨੋ ਆਈ ਥਿੰਕ ਰੈੱਡ ਕਰਾਸ ਇਜ਼ ਡੂਇੰਗ ਔਸਮ, ਐਂਡ ਕਈ ਲੋਕਾਂ ਦੀ ਅਸੀਂ ਬਹੁਤ ਤਰ੍ਹਾਂ ਹੈਲਪ ਕਰ ਸਕਦੇ ਹਾਂ। ਸੋ ਅਸੀਂ ਰੈੱਡ ਕਰਾਸ ਨਾਲ ਅਸੀਂ ਸਾਰੀ ਪ੍ਰੋਸੀਡਸ ਜਿਹੜੀਆਂ ਸਾਡੀਆਂ ਜਾਣਗੀਆਂ ਰੈੱਡ ਕਰਾਸ। ਸੋ ਕਿਹੜੀ ਤਰੀਕ ਨੂੰ ਇਹ ਪ੍ਰੋਗਰਾਮ ਹੋ ਰਿਹਾ ਅਤੇ ਇਹਦੇ ਵਿੱਚ ਕੀ ਖਾਸ ਕੀ ਹੋਏਗਾ ਜੀ? ਇਟਸ ਔਨ May 23rd, ਜਿਹੜਾ ਕਿ ਕਮਿੰਗ ਮੰਡੇ ਹੈ, ਵਿਕਟੋਰੀਆ ਡੇ। ਛੁੱਟੀ ਦਾ ਦਿਨ ਹੈ, ਸੋ ਯੂ ਨੋ ਆਈ ਥਿੰਕ ਸਾਰਿਆਂ ਨੂੰ ਸੂਟ ਵੀ ਕਰਦਾ ਹੈ, ਇਟਸ ਅ ਲੌਂਗ ਵੀਕਐਂਡ। ਇਹਦੇ 'ਚ ਯੂਨੀਕਨੈਸ ਇਸ ਪ੍ਰੋਗਰਾਮ ਦੀ ਹੈ ਵੀ ਅਸੀਂ ਸਾਰੇ ਹੀ ਵੋਲੰਟੀਅਰਸ ਹਾਂ। ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ, ਮੇਰੀ ਹੁਣ ਮੈਂ ਗਾਂਧੀ ਆ ਰਹੀ ਹਾਂ, ਕਈ ਸਿੰਗਰਸ ਹੈਗੇ ਆ ਬੜੇ ਵੈੱਲ ਨੋਨ ਸਿੰਗਰਸ ਹੈ, ਜਿਵੇਂ ਕਿ ਅਨਿਲ ਸ਼ਰਮਾ ਜੀ, ਅੰਜੁਮ ਨਥਾਨੀ, ਤਬਰੇਜ਼ ਰਾਨਮਲ। ਇਹਨਾਂ ਨਾਲ ਮੈਂ ਜਿਵੇਂ ਆਪਣੇ ਇੰਡੀਵਿਜੁਅਲ ਸ਼ੋਜ਼ ਐਜ਼ ਅ ਫੀਮੇਲ ਸਿੰਗਰ ਮੈਂ ਕਰਦੀ ਹਾਂ, ਬਟ ਦਿਸ ਇਜ਼ ਅ ਪਲੈਟਫਾਰਮ ਜਿੱਥੇ ਅਸੀਂ ਸਾਰੇ ਮਿਲ ਕੇ ਕਰ ਰਹੇ ਹਾਂ, ਐਂਡ ਐਵਰੀਬਡੀ ਇਜ਼ ਵੋਲੰਟੀਅਰਿੰਗ, ਨੋਬਡੀ ਇਜ਼ ਚਾਰਜਿੰਗ ਐਨੀਥਿੰਗ ਫੋਰ ਦੇਅਰ ਸਰਵਿਸਿਸ। ਯਾ, ਈਵਨ ਜਿਹੜੇ ਡੀਜੇ ਹੈਗੇ ਆ ਉਹ ਮੇਰੇ ਬਹੁਤ ਅੱਛੇ ਫਰੈਂਡ ਹੈ, ਡੀਜੇ ਸ਼ਾਮ, ਐਂਡ ਜਿਹੜੇ ਔਰਗਨਾਈਜ਼ਰਸ ਹੈ ਉਹਨਾਂ 'ਚ ਉਹਨਾਂ ਦਾ ਤਾਂ ਨਾਮ ਸਾਰੇ ਜਾਣਦੇ ਆ, ਬਹੁਤ ਸਾਲ ਹੋ ਗਏ ਉਹਨਾਂ ਨੂੰ, ਅਜ਼ੀਜ਼ ਲੱਦਾ ਜੀ, ਹੀ ਇਜ਼ ਅ ਵੈਰੀ ਗੁੱਡ ਫੋਟੋਗ੍ਰਾਫਰ ਐਂਡ ਹੀ ਇਜ਼ ਪਾਰਟ ਆਫ ਆਰ ਟੀਮ, ਹੀ ਇਜ਼ ਲੀਡਿੰਗ ਇਟ ਇਨ ਹਿਸ ਬੈਸਟ ਵੇ। ਐਂਡ ਹਾਲ ਨੇ ਵੀ ਸਾਨੂੰ ਬਹੁਤ ਜ਼ਿਆਦਾ ਇਹਦੇ 'ਚ ਮਦਦ ਕੀਤੀ ਹੈ, ਐਂਡ ਬੇਸਿਕਲੀ ਇਹ ਪ੍ਰੋਗਰਾਮ ਹਾਲ ਵੱਲੋਂ ਹੈ, ਐਂਡ ਅਸੀਂ ਇਹ ਜਿਹੜੀ ਟੀਮ ਜੋੜਨ ਵਾਲੀ ਹੈ ਉਹ ਹੈਗੀ ਹੈ ਜੋਜ਼ਫੀਨ ਚੌਹਾਨ, ਜਿਨ੍ਹਾਂ ਨੇ ਕਿ ਫੇਸਬੁੱਕ 'ਤੇ ਪਾਇਆ ਸੀਗਾ, just because oh sade programs aunde hai, she is like she likes our music, right. She comes to the parties, I think she just had a thought the same way, you know, ek feeling aayi unna should be kuch kariye, so unne tag kitta mainu vi, aziz bhai nu vi, and we responded, and you know we just got together, right. So jazba main keh rahi ha sare aaj hi hai hunda hai, kai wari mauka milda nahi hai, par eh bahut achhi gall hai, vi assi join ho gaye, connect ho gaye, and we are doing it all together. So ide jyotika ji hun hona ki hai, kinne baje start hoega, ide sirf ਪਰਫਾਰਮੈਂਸਿਸ ਹੀ ਹੋਣਗੀਆਂ ਜਾਂ ਕੁਝ ਇਸ ਫੋਰਟ ਮੈਕਮਰੀ ਵਿੱਚ ਜੋ ਕੁਝ ਹਾਲਾਤ ਨੇ ਉਸ ਬਾਰੇ ਕੋਈ ਰੈੱਡ ਕਰਾਸ ਦੱਸੀ ਕੀ ਹੈ ਕੀ ਪ੍ਰੋਗਰਾਮ? ਪ੍ਰੋਗਰਾਮ ਅਸੀਂ ਐਂਟਰਟੇਨਮੈਂਟ ਦਾ ਤਾਂ ਹੈਗਾ ਹੀ ਹੈ, ਜਿਹਦੇ ਵਾਸਤੇ ਲੋਕ ਸਾਨੂੰ ਜਾਣਦੇ ਹੈ ਜ਼ਿਆਦਾ। ਅਸੀਂ ਐਂਟਰਟੇਨਮੈਂਟ ਵਾਸਤੇ ਕਾਫੀ ਸਟ੍ਰੈਸ ਕਰ ਰਹੇ ਹਾਂ ਕਿ ਵੀ ਐਂਟਰਟੇਨਮੈਂਟ ਹੈਗਾ ਇੱਕ ਮੇਜਰ ਪਾਰਟ ਆਫ ਦ ਪ੍ਰੋਗਰਾਮ। ਬਾਕੀ ਕੁਝ ਇੱਕ ਥੋੜ੍ਹੀ ਬਹੁਤ ਸਪੀਚਿਸ ਵਗੈਰਾ ਜਾਂ ਕੁਛ ਅਸੀਂ ਨੌਲੇਜ ਦੇਣਾ ਚਾਹਾਂਗੇ, ਐਂਡ ਡੋਨੇਸ਼ਨਸ ਵੀ ਇਕੱਠੀਆਂ ਕਰਨਾ ਚਾਹਾਂਗੇ,
कुछ डांस प्रोग्राम्स हैं उहदे च एक मेरा बेटा कर रहा जासमन है उहदा नाम ही विल बी परफॉर्मिंग एंड एक बहुत ही यंग आर्टिस्ट वेरी ब्रिलियंट आश्रिता राइट वह भी काफ़ी परफॉर्म करते हैं साडे इवेंट्स च सो शी इज़ ऑल्सो वॉलंटियरिंग राइट So it will be like obviously entertainment plus and also raising funds okay. and then you know also then I think ek vari jadon log ikatthe hunde hai fir agge vaste assi je hor vi koi mauka milega fir assi hor agge enu karange ji like we are just kind of beginning it right so kinne baje shuru ho reha ji te kede hall ch ho reha ji it will start at 6 pm assi doors open kar dange and thoda mingling time hoega log settle honge and I think we should be starting by let's say 6:45 or something because agla week day hai so we don't want to delay it too much keda hall hai ji it's royal palace banquet hall okay akhir vich why should people come and join this course ਉਹੀ ਮੈਂ ਕਹਿ ਰਹੀ ਹਾਂ ਵੀ ਮੈਨੂੰ ਇਹ ਵੀ ਪਤਾ ਵੀ ਕਈ ਲੋਕ ਨਾ ਡੋਨੇਟ ਆਪਣੇ ਵੱਲੋਂ ਕਰ ਵੀ ਚੁੱਕੇ ਹੈ ਰੈੱਡ ਕਰਾਸ ਦੇ ਥਰੂ ਹਾਂਜੀ ਔਰ ਇਨਫੈਕਟ ਲੇਟ ਅਸੀਂ ਜਦੋਂ ਸੋਚਿਆ ਸਾਨੂੰ ਤਾਂ ਟਾਈਮ ਬਹੁਤ ਜ਼ਿਆਦਾ ਘੱਟ ਇੱਕ ਤਰ੍ਹਾਂ ਇਵੈਂਟ ਜਦੋਂ ਇਸ ਤਰ੍ਹਾਂ ਔਰਗਨਾਈਜ਼ ਕਰਨਾ ਹੁੰਦਾ ਸਾਨੂੰ ਜ਼ਿਆਦਾ ਟਾਈਮ ਚਾਹੀਦਾ ਹੁੰਦਾ ਬਟ ਅਸੀਂ ਆਪਣੇ ਵੱਲੋਂ ਤਾਂ ਹੀ ਕਰ ਰਹੇ ਹਾਂ ਵੀ ਇਹੀ ਮੌਕਾ ਇਹ ਟਾਈਮ ਹੈ ਜਿੱਥੇ ਲੋੜ ਹੈ ਕਰਨ ਦੀ ਐਂਡ ਪੀਪਲ ਹੈਵ ਡਨ ਅ ਲੋਟ ਵਿਚ ਇਜ਼ ਵੈਰੀ ਗੁੱਡ ਐਂਡ ਆਈ ਮੀਨ ਆਈਵ ਸੀਨ ਫੇਸਬੁੱਕ ਤੇ ਹੋਰ ਵੀ ਸੋਸ਼ਲ ਮੀਡੀਆ ਤੇ ਅਸੀਂ ਦੇਖਿਆ ਵੀ ਕਿੰਨਾ ਲੋਕ ਕਰ ਰਹੇ ਹੈ ਪਰ ਫਿਰ ਵੀ ਯੂ ਨੋ ਜਿੰਨਾ ਕੁ ਹੋਰ ਹੋ ਸਕੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਲੈਟਸ ਸੀ ਲੋਕਾਂ ਨੂੰ ਟੈਕਸ ਰੈਡੀਬਲ ਰਿਸੀਟਸ ਜਿਹੜੀਆਂ ਉਹ ਰੈੱਡ ਕਰਾਸ ਵੱਲੋਂ ਦਿੱਤੀਆਂ ਜਾਣਗੀਆਂ ਰੈੱਡ ਕਰਾਸ ਨੂੰ ਸਾਰਾ ਕੁਝ ਹਾਂਜੀ ਕੋਈ ਵੀ ਇਨਫੋਰਮੇਸ਼ਨ ਲੈਣੀ ਇਸ ਬਾਰੇ ਕਿੱਥੇ ਤੁਹਾਨੂੰ ਸੰਪਰਕ ਕੀਤਾ ਜਾ ਸਕਦਾ ਮੇਰਾ ਕੰਟੈਕਟ ਨੰਬਰ ਹੈਗਾ ਆਈ ਵਿਲ ਗਿਵ ਇਟ ਆਊਟ ਵੈਸੇ ਅਸੀਂ ਦਿੱਤਾ ਸੋਸ਼ਲ ਮੀਡੀਆ ਤੇ ਵੀ ਇਟ ਇਜ਼ 7788873929 ਯਾ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਹੋਰ ਕਿਸੇ ਟੀਮ ਮੈਂਬਰਸ ਦੇ ਸਾਰਿਆਂ ਦੇ ਨੰਬਰ ਦਿੱਤੇ ਹੋਏ ਆ ਤੁਹਾਡਾ ਬਹੁਤ ਧੰਨਵਾਦ ਜੀ ਥੈਂਕ ਯੂ ਐਂਡ ਬੈਸਟ ਵਿਸ਼ਸ ਕਾਮਯਾਬ ਹੋ ਤਾਂ ਕਿ ਜਿਹੜੇ ਲੋਕਾਂ ਦੀ ਮਦਦ ਕਰਨ ਲਈ ਤੁਸੀਂ ਕੋਸ਼ਿਸ਼ ਕਰ ਰਹੇ ਹੋ ਉਹਨਾਂ ਨੂੰ ਕੁਝ ਬੈਨੀਫਿਟ ਮਿਲ ਸਕੇ ਥੈਂਕ ਯੂ ਐਂਡ ਬੈਸਟ ਵਿਸ਼ਸ ਥੈਂਕ ਯੂ